ਅਬਦੁਲ ਪਾਸ਼ਾ ਚੋਂ ਨੇ ਗੱਲ ਕੀਤੀ ਹੈ, ਉਸ ਬਾਰੇ ਕੀ ਕਹਿਣਾ ਚਾਹੁੰਦੇ? ਕੇਜਰੀਵਾਲ ਸਾਹਿਬ ਦੀ ਜਿਹੜੀ ਭਾਸ਼ਾ, ਉਹਨੇ ਉਹਦਾ ਜਨਾਜ਼ਾ ਕੱਢਿਆ। ਪਹਿਲਾਂ ਤਾਂ ਕੋਈ ਨਾ ਉਹਨਾਂ ਕੋਲ ਸ਼ਿਸ਼ਟਾਚਾਰ ਆ, ਨਾ ਉਹਨਾਂ ਨੂੰ ਪੰਜਾਬ ਦੀ ਸਭਿਅਤਾ ਅਤੇ ਪੰਜਾਬ ਦੀ ਵਿਰਾਸਤ ਦਾ ਜਾਣਕਾਰੀ ਆ। ਜੋ ਸ਼ਬਦ ਉਹਨਾਂ ਨੇ ਗੁਰੂ ਸਾਹਿਬਾਨ ਬਾਰੇ ਬੋਲੇ ਪਹਿਲਾਂ ਤਾਂ ਉਹੀ ਮਤਲਬ ਉਹਦਾ ਜਲੂਸ ਕਢਾ ਰਹੇ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੱਡੇ ਵੱਡੇ ਗੁਰੂਆਂ ਦੀ ਗੱਲ, ਜਿਵੇਂ ਗੁਰੂ ਤਾਂ ਹੁੰਦੇ ਹੀ, ਗੁਰੂ ਸਾਹਿਬਾਨ ਤਾਂ ਵੱਡੇ ਹੁੰਦੇ ਆ, ਉਹ ਵੱਡੇ ਕੀ ਕਰੇਗਾ। ਅਤੇ ਇਸੇ ਤਰ੍ਹਾਂ ਜਿਸ ਹਿਸਾਬ ਨਾਲ ਮੰਤਰੀ ਸਾਹਿਬਾਨ ਬਾਰੇ ਜੋ ਭਾਸ਼ਾ ਬੋਲੀ, ਉਹ ਵੀ ਮੈਂ ਸਮਝਦਾ ਰਾਜਨੀਤਿਕ ਸ਼ਿਸ਼ਟਾਚਾਰ ਦੇ ਉਲਟਾ। ਉਹਨਾਂ ਦੀ ਸ਼ਬਦਾਵਲੀ, ਉਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ, ਉਹ ਹੀ ਇਸ ਗੱਲ ਦੇ ਸੰਕੇਤ ਨੇ ਕਿ ਆਪ ਪਾਰਟੀ ਲੀਡਰਸ਼ਿਪ ਸਾਰੀ ਭੜਕਾਹਟ ਦੇ ਵਿੱਚ ਆ, ਬੁਖਲਾਹਟ ਦੇ ਵਿੱਚ ਆ। ਅਤੇ ਜਿਸ ਤਰ੍ਹਾਂ ਜ਼ਮੀਨ ਪੈਰਾਂ ਥੱਲੇ ਖਿਸਕੀ ਹੁੰਦੀ ਆ, ਬੰਦਾ ਹੱਥ ਪੈਰ ਮਾਰਦਾ, ਉਹ ਹਾਲ ਅੱਜ ਆਪ ਪਾਰਟੀ ਦਾ ਹੋਇਆ ਵਾ। ਪਿੰਡਾਂ ਦਾ ਵਿਕਾਸ ਕਰਾਇਆ, ਉਹਦੇ ਨਾਲ ਪ੍ਰਧਾਨ ਜੀ ਦਾ ਬਹੁਤ ਪੁਰਾਣੇ ਲੋਕਾਂ ਨਾਲ ਲਿੰਕ ਨੇ, ਉਹਦੇ ਨਾਲ ਲੋਕਾਂ ਨਾਲ ਬਹੁਤ ਫਰਕ ਕੀ ਕੀ ਲੱਗਦਾ ਜੀ? ਆਉਣ ਵਾਲੀਆਂ ਜਿਹੜੀਆਂ ਚੋਣਾਂ ਜਿਹਦੇ ਵਿੱਚ ਜਿਵੇਂ ਪਹਿਲਾਂ ਸੀਗੇ, ਹਲਕਾ ਜਦ ਬਦਲ ਗਿਆ, ਕੋਈ ਫਰਕ ਪਏਗਾ? ਨਾ ਜੀ, ਨਾ ਨਾ ਜੀ, ਨਾ ਲੋਕਾਂ 'ਚ ਕੋਈ ਨਹੀਂ, ਲੋਕ ਤਾਂ ਪਾਰਟੀ ਨਾਲ ਖੜਦੇ ਨੇ ਜੀ। ਹਾਂਜੀ ਹਾਂਜੀ, ਪਾਰਟੀ ਨਾਲ ਖੜਨਗੇ ਅਤੇ ਪ੍ਰਧਾਨ ਜੀ 100% ਜਿੱਤੋ ਵੀ, ਸਭ ਤੋਂ ਵੱਧ ਹਲਕੇ ਜੋ ਜਿੰਨੇ ਵੀ ਮੈਲਾ ਜਿੱਤ ਹੋਈ ਆ ਜੀ, ਉਹਦੇ ਨਾਲ ਵੱਡੀ ਜਿੱਤ ਹੋਊਗੀ ਜੀ। ਪ੍ਰਧਾਨ ਸਾਹਿਬ ਦੇ ਆਉਣ ਨਾਲ ਕਿੰਨਾ ਕੁ ਵਿਕਾਸ ਕਾਰਜ ਆ ਅਤੇ ਜਿਹੜਾ ਫਰਕ ਪੈ ਰਿਹਾ? ਦੇਖੋ ਜੀ, ਹੁਣ ਤਾਂ ਪਤਾ ਹੀ ਹੈ, ਰੋਜ਼ ਅਖਬਾਰਾਂ 'ਚ ਦੇਖ ਲਓ, ਦੁਨੀਆ ਡੇਲੀ ਹਰ ਪਿੰਡ ਦੇ ਵਿਕਾਸ ਲਈ ਗਰਾਂਡਾਂ, ਗਲੀਆਂ, ਨਾਲੀਆਂ, ਖੜੌਂਜੇ ਅਤੇ ਹੋਰ ਵਿਕਾਸ ਦੇ ਕੰਮ, ਕਾਰਡ ਹੋ ਗਏ, ਦੂਜੇ ਕਾਰਡ ਆ ਗਏ, ਪਿੰਕ ਕਾਰਡ ਜੀ, ਉਹ ਟੋਟਲ ਮਤਲਬ ਘਰ ਘਰ ਜਾ ਕੇ ਬਣਾ ਰਹੇ ਨੇ। ਟੀਮਾਂ ਸਿਲੈਕਟ ਕੀਤੀਆਂ ਪ੍ਰਧਾਨ ਜੀ ਨੇ, ਇਕੱਲੇ ਇਕੱਲੇ ਘਰ ਜਾ ਰਹੇ ਨੇ, ਲੋਕਾਂ ਨੂੰ ਫਾਰਮ ਲੈ ਕੇ ਉੱਥੇ ਪਹੁੰਚਾ ਰਹੇ ਨੇ ਜੀ, ਵੀ ਤੁਹਾਨੂੰ ਫਾਰਮ ਦਿਓ, ਅਸੀਂ ਆਪ ਲੈ ਕੇ ਪਹੁੰਚਾ ਕੇ।